ਤੁਹਾਨੂੰ ਹੈ ਸੀ ਅੱਜ ਅਪਰੋਕਸੀਮੇਟਲੀ 1 ਸਾਲ ਤੋਂ 1 ਮਹੀਨਾ ਹੋ ਗਿਆ 1 ਸਾਲ 1 ਮਹੀਨਾ ਹੋ ਗਿਆ ਅੱਛਾ ਤੇ ਕੀ ਪ੍ਰੋਬਲਮ ਸੀਗੀ ਤੁਹਾਨੂੰ ਪਹਿਲਾਂ ਉਸ ਵੇਲੇ ਤਾਂ ਰਾਤ ਸਮੇਂ ਤੋਂ ਉੱਠ ਕੇ ਬੈਠਿਆ ਨਹੀਂ ਹੁੰਦਾ ਸੀ ਬਹੁਤ ਪ੍ਰੋਬਲਮ ਸੀ ਵੇਟ ਬਹੁਤ ਜ਼ਿਆਦਾ ਸੀ ਸਾਰੇ ਸਰੀਰ ਦੇ ਉੱਪਰ ਅਦਰ ਕੰਪਲਿਕੇਸ਼ਨਸ ਬਹੁਤ ਹੋ ਗਿਆ ਸੀ ਹਾਂ ਇਨਸੂਲਿਨ 4 ਟਾਈਮਸ ਅ ਡੇ ਲੱਗਦੀ ਸੀ ਮੈਨੂੰ ਜੀ ਮੈਨੂੰ ਈਵਨ ਇਰਰਿਵਰਸੀਬਲ ਹੁੰਦੇ ਆ ਬਟ ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਇਹਦੇ ਨਾਲ ਜਦੋਂ ਕੰਟਰੋਲ ਆਉਂਦਾ ਹੈ ਬਲੱਡ ਸ਼ੂਗਰ ਦਾ ਤਾਂ ਜਿਹੜੇ ਰਾਦਰ ਆਲਰੇਡੀ ਡੈਮੇਜ ਹੋਇਆ ਹੋਇਆ ਉਹਦੇ 'ਚ ਇੰਪਰੂਵਮੈਂਟ ਵੀ ਹੋ ਰਹੀ ਹੈ ਤੁਹਾਡਾ ਪ੍ਰੋਟੀਨ ਨਿਕਲਦੇ ਸੀ ਯੂਰਿਨ ਦੇ ਵਿੱਚ ਪਹਿਲਾਂ ਉਹ ਵੀ ਘਟੇ ਆ ਹੁਣ ਪਹਿਲਾਂ ਅੱਛਾ ਈਵਨ ਮੈਨੂੰ ਜੀ ਸਵੇਰ ਨਿਊਰੋਪੈਥੀ ਵੀ ਸੀ ਪਹਿਲੇ ਅੱਛਾ ਜੀ ਕਿ ਉਹ ਵੀ ਮੇਰੀ ਠੀਕ ਹੋ ਗਈ ਬੈਠੇ ਬੈਠੇ ਮੈਨੂੰ ਨੀਂਦ ਆ ਜਾਂਦੀ ਪਹਿਲਾਂ ਦੇ ਸੋਜਿਸ਼ ਰਹਿੰਦੀ ਸੀ ਸਾਰੀਆਂ ਮੇਰੀ ਬਿਮਾਰੀ ਚੱਕੇ ਨਹੀਂ ਹੁੰਦਾ ਸਰ ਅੱਛਾ ਅੱਛਾ ਇਸ ਆਪਰੇਸ਼ਨ ਤੋਂ ਬਾਅਦ ਮੈਂ ਤਾਂ ਇਹ ਸੋਚਦਾ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਦੈਟਸ ਗੁੱਡ HbA1c ਤੁਹਾਡੇ ਖਿਆਲ ਹੈ ਲੇਟੈਸਟ ਜਿਹੜਾ ਕਰਾਇਆ ਲੇਟੈਸਟ ਕਰਾਇਆ ਸੀ 6.7 ਸੀ ਓਕੇ ਆਪਰੇਸ਼ਨ ਵੇਲੇ ਤੁਹਾਡਾ ਦੇਖਦੇ ਆ ਤਾਂ ਉਹ ਕਿੰਨਾ ਸੀ 9. ਸਮਥਿੰਗ ਇਜ਼ ਇਟ ਚੈਰਿੰਗ ਫੋਰ 9.9 ਆਲਮੋਸਟ 10 ਹੀ ਲਗਾ ਲਓ ਸ਼ੂਗਰ ਨੂੰ ਜੜ ਤੋਂ ਉਖਾੜਤਾ ਇਹ ਨੀ ਕਹਿਣਾ ਕਿ ਸ਼ੂਗਰ ਦਾ ਆਪਰੇਸ਼ਨ ਕਰਾਇਆ ਜਾਂ ਸ਼ੂਗਰ ਠੀਕ ਹੋ ਗਈ ਹੈ ਸਿਰਫ ਇਹ ਸਮਝਣਾ ਕਿ ਸ਼ੂਗਰ ਕੰਟਰੋਲ ਚ ਪਹਿਲਾਂ ਤੁਹਾਨੂੰ ਇਨਸੂਲਿਨ ਲਾਣੀ ਪੈਂਦੀ ਸੀ ਬਸ ਉਹਨੂੰ ਇਨਸੂਲਿਨ ਹੁਣ ਇਹ ਜਿਹੜਾ MGB ਹੈ ਇਹਨੇ ਤੁਹਾਡੀ ਸ਼ੂਗਰ ਨੂੰ ਕੰਟਰੋਲ ਕੀਤਾ ਹੋਇਆ ਇਸ ਲਈ ਹਮੇਸ਼ਾ ਧਿਆਨ ਰੱਖਣਾ ਕਿ ਆਪਾਂ ਨੂੰ ਸ਼ੂਗਰ ਸੀ HbA1c 6 ਮਹੀਨੇ ਬਾਅਦ ਤੇ ਜਿਹੜਾ ਯੂਰਿਨ ਪ੍ਰੋਟੀਨਸ ਵੀ ਚੈੱਕ ਕਰਦੇ ਰਹੋ ਕਿੰਨੇ ਆ ਠੀਕ ਆ ਬਾਕੀ ਇੱਕ ਅਸੀਂ ਦੇਖਿਆ ਕਿ ਇਹਦੇ ਚ ਜਿਵੇਂ ਜਿਵੇਂ ਜੇ ਕੋਈ ਮੰਨ ਲਓ ਕੱਲ ਨੂੰ ਤੁਹਾਨੂੰ ਕੋਈ ਬਾਡੀ ਤੇ ਸਟ੍ਰੈਸ ਹੁੰਦਾ ਕੋਈ ਖਾਂਸੀ ਜ਼ੁਕਾਮ ਹੋ ਗਿਆ ਵਾਇਰਲ ਫੀਵਰ ਹੋ ਗਿਆ ਜਾਂ ਹੋਰ ਕੋਈ ਮੈਂਟਲ ਸਟ੍ਰੈਸ ਹੋ ਗਿਆ ਉਹਨਾਂ ਦਿਨਾਂ ਚ ਤੁਹਾਡੀ ਸ਼ੂਗਰ ਵੱਧ ਸਕਦੀ ਸੋ ਯੂ ਹੈਵ ਟੂ ਬੀ ਕੇਅਰਫੁਲ ਜਿਵੇਂ ਮੈਂ ਸਟੀਰੋਇਡ ਲੈਂਦਾ ਸੀ ਨਾ ਉਦੋਂ ਵੱਧ ਕਿਸ ਥੋੜੀ ਜੀ ਹਾਂ ਸਟੀਰੋਇਡ ਸਕਿਨ ਲਈ ਲੈਣੇ ਪਏ ਯਾ ਦਿਸ ਇਜ਼ ਆਲਸੋ ਸਟ੍ਰੈਸ ਜੇ ਸਟੀਰੋਇਡ ਕਦੇ ਵੀ ਲੈਣੇ ਪੈ ਜਾਣ ਉਹ ਸਟ੍ਰੈਸ ਹੈ ਅੰਡਰ ਸਟ੍ਰੈਸਫੁਲ ਕੰਡੀਸ਼ਨਸ ਫਿਰ ਸ਼ੂਗਰ ਵੱਧ ਸਕਦੀ ਸੋ ਵਟ ਵੀ ਸੇ ਇਜ਼ ਕਿ ਜਿਹੜਾ ਇਹ MGB ਆ ਇਟਸ ਅ ਸਟਰੋਂਗ ਵੈਪਨ ਅਗੇਂਸਟ ਡਾਇਬੀਟੀਜ਼ ਠੀਕ ਜੀ ਬਟ ਵੀ ਕੈਨ ਨਾਟ ਸੇ ਦੈਟ ਇਟ ਇਰੈਡੀਕੇਟਸ ਡਾਇਬੀਟੀਜ਼ ਯਾ ਇਹ ਅਗੇ ਜਦੋਂ ਵੀ ਤੁਸੀਂ ਕਿਸੇ ਡਾਕਟਰ ਨੂੰ ਦਿਖਾਉਣਾ ਉਹਨੂੰ ਹਮੇਸ਼ਾ ਦੱਸਣਾ ਕਿ ਮੈਨੂੰ ਸ਼ੂਗਰ ਸੀ ਕੱਲ ਨੂੰ ਕਿਤੇ ਕੋਈ ਆਪਰੇਸ਼ਨ ਦੀ ਲੋੜ ਪੈਂਦੀ ਹੈ ਮੰਨ ਲਓ ਗਾਲ ਬੈਡਰ ਅਪੈਂਡਿਕਸ ਕੋਈ ਬਣਾਉਣੀ ਉਹਨਾਂ ਦਿਨਾਂ 'ਚ ਫਿਰ ਸ਼ੂਗਰ ਵੱਧ ਸਕਦੀ ਬਿਕੋਜ਼ ਅਗੇਨ ਦੈਟ ਇਜ਼ ਅ ਸਟ੍ਰੈਸ ਠੀਕ ਹੈ ਅੱਛਾ ਦੂਸਰਾ ਇਹ ਹੁੰਦਾ ਕਿ ਲੌਂਗ ਰਨ 'ਚ ਅਸੀਂ ਦੇਖ ਰਹੇ ਹਾਂ ਕਿ ਸ਼ੂਗਰ ਦੁਬਾਰਾ ਵਾਪਸ ਤਾਂ ਨਹੀਂ ਆ ਜੂਗੀ ਜੀ 100 'ਚੋਂ 8-10 ਪੇਸ਼ੈਂਟ ਐਸੇ ਵੀ ਆ ਜਿਨ੍ਹਾਂ ਦੀ ਸ਼ੂਗਰ ਫਿਰ ਵਾਪਸ ਵੀ ਆ ਰਹੀ ਹੈ ਉਹਦਾ ਬਟ ਡਾਇਰੈਕਟ ਕੋਰਲੇਸ਼ਨ ਅਸੀਂ ਦੇਖਿਆ ਵਜ਼ਨ ਦੇ ਨਾਲ ਜੇ ਤੁਹਾਡਾ ਵੇਟ ਸਿਗਨੀਫੀਕੈਂਟਲੀ ਜ਼ਿਆਦਾ ਵੱਧ ਜੇ ਜਿਵੇਂ ਪਹਿਲਾਂ ਕਿੰਨਾ 107 ਸੀਗਾ ਵੇਟ ਤੁਹਾਡਾ ਹੁਣ ਕਿੰਨਾ ਹੈਗਾ ਵੇਟ ਤੁਹਾਡਾ 81 ਸਰ ਜੇ ਮੰਨ ਲਓ ਇਹ 90 ਕ੍ਰਾਸ ਕਰ ਗਿਆ ਵੇਟ ਤੁਹਾਡਾ ਤਾਂ ਸਮਝੋ ਕਿ ਸ਼ੂਗਰ ਦੁਬਾਰਾ ਫਿਰ ਨਵੇਂ ਸਿਰ ਤੋਂ ਵਾਪਸ ਆਉਣਾ ਇਸ ਲਈ ਜਿਹੜਾ ਵੇਟ ਨੂੰ ਕੰਟਰੋਲ ਰੱਖਣਾ ਉਹ ਦੀ ਬਹੁਤ ਇੰਪੋਰਟੈਂਸ ਹੈ ਉਹ ਤੁਸੀਂ ਕਰਨਾ ਕਿਵੇਂ ਆ ਉਹਦੇ ਇਹ ਵੀ ਨਹੀਂ ਸੋਚਣਾ ਕਿ ਜਿਹੜਾ ਇਹ ਆਪਰੇਸ਼ਨ ਹੈ ਕਿ ਆਪਾਂ ਲੌਕ ਲਾਇਆ ਹੋਇਆ ਹੁਣ ਇੱਕ ਵਾਰੀ ਵਜ਼ਨ ਘਟ ਗਿਆ ਤਾਂ ਇੱਥੇ ਰਹੂਗਾ ਇਹ ਠੀਕ ਹੈ ਹੁਣ ਇਹਦੀ ਮੇਨਟੇਨੈਂਸ ਈਜ਼ੀ ਹੈ ਬਟ ਮੇਨਟੇਨੈਂਸ ਇਜ਼ ਰਿਕੁਆਇਰਡ ਮੇਨਟੇਨੈਂਸ ਕੀ ਹੈ ਤੁਸੀਂ ਇੱਕ ਟਾਈਮ ਤੇ ਕਿੰਨਾ ਖਾ ਲੈਂਦੇ ਹੋ ਕਿੰਨੀਆਂ ਰੋਟੀਆਂ ਖਾ ਸਕਦੇ ਹੋ ਦੱਸ ਮੈਂ ਤਾਂ ਜੀ ਸਾਰੇ ਦੋ ਚਪਾਤੀਆਂ ਖਾਂਦਾ ਸਵੇਰੇ ਮੇਰਾ ਬਟ ਜੇ ਤੁਸੀਂ ਸਾਰਾ ਦਿਨ ਥੋੜਾ ਥੋੜਾ ਸਾਰਾ ਦਿਨ ਹੀ ਖਾਂਦੇ ਰਹੋ ਫਿਰ ਵੇਟ ਵਧੂਗਾ ਜ਼ਿਆਦਾ ਹੁਣ ਚਾਰ ਪੰਜ ਵਾਰ ਪੀ ਲਓ ਫਿਰ ਵੇਟ ਵਧਣ ਲੱਗ ਜੂਗਾ ਨਹੀਂ ਮੈਂ 3 ਵਾਰੀ ਤਾਂ ਚਾਹ ਹੁੰਦੀ ਸਰ ਇਹਦੇ ਬੈਸਟ ਇਹ ਹੈ ਕਿ ਮਿੱਠੀਆਂ ਚੀਜ਼ਾਂ ਨਾ ਲਓ ਤੇ ਬਾਕੀ 10 ਮਿੰਟ ਨਾ ਸਵੇਰੇ ਸਾਈਕਲਿੰਗ ਕਰੋ ਬੈਡਰੂਮ 'ਚ ਸਾਈਕਲ ਰੱਖੋ